ਮੈਂ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਤੋਂ ਆਇਆ ਹਾਂ ਜੀ, ਔਰ ਮੈਂ ਆਪਣੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਬਚਪਨ ਦੇ ਵਿੱਚ ਸਕੁਇੰਟ ਦੀ ਸਮੱਸਿਆ ਸੀਗੀ, ਔਰ ਜਿਸ ਦੇ ਚੱਲਦੇ ਮੈਂ ਕਾਫੀ ਪਰੇਸ਼ਾਨ ਰਹਿੰਦਾ ਸੀ ਔਰ ਕਾਫੀ ਚਿੰਤਿਤ ਰਹਿੰਦਾ ਸੀਗਾ, ਔਰ ਮੇਰੇ ਦੋਨੋਂ ਅੱਖਾਂ ਦੇ ਵਿੱਚ 25% ਦੀ ਦੋਨੋਂ ਅੱਖਾਂ 'ਚ ਸਕੁਇੰਟ ਸੀਗਾ। ਤਾਂ ਮੇਰੀ ਲੈਫਟ ਆਈਜ਼ ਦੀ ਜਿਹੜੀ ਸਰਜਰੀ ਹੈ ਉਹ 2013 ਦੇ ਵਿੱਚ ਹੋਈ ਸੀ, ਬਟ ਮੇਰੀ ਰਾਈਟ ਆਈਜ਼ ਦੀ ਸਰਜਰੀ ਨਹੀਂ ਹੋਈ ਸੀਗੀ। ਤਾਂ ਮੈਨੂੰ ਫਿਰ ਵੀ ਲੱਗਿਆ ਕਿ ਇਹ ਅਧੂਰਾ ਹੈਗਾ ਇਲਾਜ, ਤਾਂ ਮੈਨੂੰ ਕੰਪਲੀਟ ਕਰਾਉਣਾ ਚਾਹੀਦਾ। ਔਰ ਫਿਰ ਮੈਂ ਡਾਕਟਰ ਅਮਿਤ ਗੁਪਤਾ ਜੀ ਬਾਰੇ ਸੁਣਿਆ, ਇਹਨਾਂ ਦਾ ਯੂਟਿਊਬ 'ਤੇ ਚੈਨਲ ਸੀਗਾ, ਉਹਨੂੰ ਸਬਸਕ੍ਰਾਈਬ ਕੀਤਾ। ਸਬਸਕ੍ਰਾਈਬ ਕਰਕੇ ਮੈਂ ਉਹਨਾਂ ਦੀਆਂ ਵੀਡੀਓਜ਼ ਦੇਖੀਆਂ ਔਰ ਮੈਂ ਇਹਨਾਂ ਦੇ ਰਿਵਿਊ ਚੈੱਕ ਕੀਤੇ, ਕਾਫੀ ਅੱਛੇ ਰਿਵਿਊ ਮਿਲੇ ਮੈਨੂੰ ਔਰ ਮੈਂ ਇਹਨਾਂ 'ਤੇ ਵਿਸ਼ਵਾਸ ਕਾਇਮ ਕੀਤਾ। ਔਰ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਇਹੀ ਡਾਕਟਰ ਸਾਹਿਬ ਜੋ ਹੈਗੇ ਨੇ ਮੈਨੂੰ ਸਹੀ ਕਰ ਸਕਦੇ ਨੇ, ਔਰ ਫਿਰ ਮੈਂ ਇਹਨਾਂ ਦੇ ਇੱਥੇ ਅੰਬਾਲਾ ਹੋਸਪਿਟਲ ਹੈਗਾ ਕਪਿਲ ਆਈ ਹੋਸਪਿਟਲ, ਇੱਥੇ ਆਇਆ। ਔਰ ਇੱਥੇ ਆਇਆ ਤਾਂ ਮੈਨੂੰ ਲੱਗਿਆ ਕਿ ਮੈਂ ਡੈਫੀਨੇਟਲੀ ਠੀਕ ਹੋ ਜੂੰਗਾ, ਔਰ ਡੈਫੀਨੇਟਲੀ ਇਹਨਾਂ ਦਾ ਜਦੋਂ ਮੈਂ ਰਿਕਾਰਡ ਦੇਖਿਆ ਇਹਨਾਂ ਕੋਲ ਕਾਫੀ ਅੱਛਾ ਐਕਸਪੀਰੀਅੰਸ ਹੈ ਔਰ ਸਕੁਇੰਟ ਦੇ ਕਾਫੀ ਅੱਛੇ ਸਪੈਸ਼ਲਿਸਟ ਹੈਗੇ ਨੇ। ਔਰ ਜਦੋਂ ਇਹਨਾਂ ਬਾਰੇ ਮੈਂ ਸੁਣਿਆ ਔਰ ਇੱਥੇ ਆਇਆ, ਤਾਂ ਹੁਣ ਮੇਰੀ ਸਰਜਰੀ ਜਿਹੜੀ ਉਹ ਕੱਲ੍ਹ ਹੋਈ ਸੀ, ਔਰ ਮੈਂ ਜਦੋਂ ਮੈਨੂੰ ਇਹਨਾਂ ਨੇ ਦਿਖਾਇਆ ਪਹਿਲਾਂ ਵਾਲੀ ਫੋਟੋ ਅਤੇ ਹੁਣ ਵਾਲੀ ਫੋਟੋ, ਬਹੁਤ ਹੀ ਜ਼ਿਆਦਾ ਡਿਫਰੈਂਸ ਸੀਗਾ ਔਰ ਮੈਂ ਬਹੁਤ ਹੀ ਜ਼ਿਆਦਾ ਹੈਪੀ ਫੀਲ ਕਰ ਰਿਹਾ, ਬਹੁਤ ਹੀ ਜ਼ਿਆਦਾ ਮੈਨੂੰ ਅੱਛਾ ਲੱਗ ਰਿਹਾ। ਮੈਂ ਹਰ ਕਿਸੇ ਨੂੰ ਇਹ ਕਹੂੰਗਾ ਕਿ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਜਾਂ ਜਿਸ ਵੀ ਤਰ੍ਹਾਂ ਦੀ ਕੋਈ ਸਕੁਇੰਟ ਦੀ ਸਮੱਸਿਆ ਹੈਗੀ ਹੈ, ਤਾਂ ਕਪਿਲ ਆਈ ਹੋਸਪਿਟਲ ਦੇ ਵਿੱਚ ਆ ਕੇ ਆਪਣਾ ਟ੍ਰੀਟਮੈਂਟ ਪੱਕਾ ਕਰਵਾਓ, ਕਿਉਂਕਿ ਲਾਈਫ ਬਹੁਤ ਲੰਬੀ ਹੈ, ਇਹਨੂੰ ਜੀਣਾ ਚਾਹੀਦਾ ਨਾ ਕਿ ਕੱਟਣਾ ਚਾਹੀਦਾ। ਧੰਨਵਾਦ।